ਕਹਿੰਦੇ ਨੇ ਵੀ ਹੁਣ ਕੈਨੇਡਾ ਨੇ ਵੀਜ਼ੇ ਬੰਦ ਕਰਤੇ ਆ, ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਨਾ ਤਾਂ ਮੇਅ ਇਨਟੇਕ 'ਚ ਜਾ ਸਕਦੇ ਨਾ ਤਾਂ ਸਪਟੈਂਬਰ ਇਨਟੇਕ 'ਚ ਜਾ ਸਕਦੇ ਆ। ਸਾਰਿਆਂ ਨੂੰ ਏਜੰਟਾਂ ਵੱਲੋਂ ਕਿਹਾ ਜਾ ਰਿਹਾ ਕਿ ਜੇ ਤੁਸੀਂ ਜਾਣਾ 2025 ਦੇ ਇਨਟੇਕਸ ਦੇ ਵਿੱਚ ਦਾਖਲਾ ਦੇਵਾਂਗੇ। ਅੱਜ ਤੁਹਾਨੂੰ ਅਸੀਂ ਉਹਨਾਂ ਐਪਲੀਕੈਂਟਸ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਮੇਅ 2024 ਦੇ ਵੀਜ਼ੇ ਗ੍ਰਾਂਟ ਹੋਏ। ਸੋ ਆਓ ਐਪਲੀਕੈਂਟਸ ਦੇ ਨਾਲ ਮਿਲਦੇ ਹਾਂ। ਸਭ ਤੋਂ ਪਹਿਲਾਂ ਮੇਰੇ ਨਾਲ ਨੇ ਗੁਰਪਿੰਦਰ ਸਿੰਘ, ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਗ੍ਰਾਂਟ ਹੋਇਆ ਆਫਟਰ 3 ਰਿਫਿਊਜ਼ਲਸ। ਸੋ ਗੁਰਪਿੰਦਰ ਜੀ, ਕੀ ਪ੍ਰੋਫਾਈਲ ਹੈ ਤੁਹਾਡੀ? ਸਰ ਮੈਂ +2 ਪਾਸ ਕੀਤੀ ਅੱਜ ਸਰ ਆਰਟਸ ਵਿੱਚ ਸਰ 2020 ਦੇ ਵਿੱਚ। ਸਰ ਮੇਰੀ 75% ਸੀ ਸਰ। ਅਤੇ ਆਈਲਸ ਦੇ ਵਿੱਚ ਕੀ ਬੈਂਡ ਸਕੋਰ ਰਿਹਾ ਤੁਹਾਡਾ? ਆਈਲਸ ਦੇ ਵਿੱਚ ਸਰ ਮੇਰੇ 6.5 ਓਵਰਆਲ ਬੈਂਡ ਸੀ ਸਰ। ਓਕੇ, ਐਂਡ ਫਸਟ ਐਪਲੀਕੇਸ਼ਨ ਕੈਨੇਡਾ ਦੀ ਤੁਸੀਂ ਕਦੋਂ ਕੀਤੀ ਸੀਗੀ? ਸਰ ਮੈਂ 2021 ਦੇ ਵਿੱਚ ਆਪਦੀ ਫਸਟ ਟਾਈਮ ਸਰ ਮੈਂ ਆਪਦੀ ਫਾਈਲ ਲਿਖ ਲਾਈ ਸੀ ਸਰ। ਓਕੇ, ਐਂਡ ਉਸ ਤੋਂ ਬਾਅਦ ਤੁਹਾਡੀ ਕੰਜੈਕਟਿਵਲੀ 3 ਰਿਫਿਊਜ਼ਲ ਸੀਗੀਆਂ? ਸਰ ਸਰ ਫਿਰ ਮੈਂ ਸੈਕਿੰਡ ਟਾਈਮ ਸਰ 2022 'ਚ ਲਾਈ ਸੀ ਸਰ, ਫਿਰ ਥਰਡ ਟਾਈਮ ਸਰ 2022 'ਚ ਲਾਈ ਸੀ। ਅਤੇ ਅੱਜ ਕਿੱਦਾਂ ਦਾ ਲੱਗ ਰਿਹਾ ਵੀਜ਼ਾ ਹੱਥ ਦੇ ਵਿੱਚ ਫੜ ਕੇ? ਸਰ ਬਹੁਤ ਖੁਸ਼ੀ ਹੋ ਰਹੀ ਹੈ ਸਰ, ਮੇਰੇ ਬੈਂਡ ਵੀ ਸਰ ਐਕਸਪਾਇਰ ਹੋਣ ਵਾਲੇ ਸੀ ਸਰ, ਐਕਸਪਾਇਰ ਹੋਣ ਤੋਂ ਪਹਿਲਾਂ ਸਰ ਮੇਰਾ ਵੀਜ਼ਾ ਆ ਗਿਆ, ਬਹੁਤ ਖੁਸ਼ੀ ਹੋ ਰਹੀ ਸਰ। ਅਤੇ ਜਿੱਦਾਂ ਆਪਾਂ ਸਾਰੇ ਐਪਲੀਕੈਂਟਸ ਦੇ ਨਾਲ ਵਾਅਦਾ ਕਰਦੇ ਹਾਂ, ਤੁਹਾਡੇ ਨਾਲ ਵੀ ਇੱਕ ਵਾਅਦਾ ਕੀਤਾ ਸੀ, ਕੋਈ ਪੈਸਾ ਤੁਹਾਡੇ ਤੋਂ ਬਿਫੋਰ ਵੀਜ਼ਾ ਸੀ ਲਿਆ? ਨਹੀਂ ਸਰ, ਅੱਜ ਮੇਰਾ ਵੀਜ਼ਾ ਸਾਰੇ ਪੈਸੇ ਸਰ ਤੁਸੀਂ ਅੱਜ ਹੀ ਲਏ ਨੇ। ਠੀਕ ਹੈ ਜੀ। ਸੋ ਨੈਕਸਟ ਐਪਲੀਕੈਂਟ ਨੇ ਮੇਰੇ ਨਾਲ ਸਾਹਿਬਜੋਤ, ਆਓ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਵੀਜ਼ਾ ਅੱਜ ਗ੍ਰਾਂਟ ਹੋਇਆ 2 ਰਿਫਿਊਜ਼ਲਸ ਤੋਂ ਬਾਅਦ। ਸੋ ਕੀ ਐਕਸਪੀਰੀਅੰਸ ਰਿਹਾ ਸਾਹਿਬ, ਅਤੇ ਲਾਸਟ ਸਟੱਡੀ ਕੀ ਤੁਹਾਡੀ, ਪਹਿਲਾਂ ਮੈਂ ਉਹ ਜਾਣਨਾ ਚਾਹੂੰਗਾ। ਵੈਲ ਮੇਰੀ ਲਾਸਟ ਸਟੱਡੀ 12th ਸੀਗੀ 21 ਦੇ ਵਿੱਚ, ਐਂਡ 22 ਦੇ ਵਿੱਚ ਫਿਰ ਮੈਂ ਇੱਕ ਸ਼ੋਰਟ ਡਿਪਲੋਮਾ ਕੀਤਾ ਸੀਗਾ, ਦੈਨ ਉਸ ਤੋਂ ਬਾਅਦ ਮੈਂ ਅਪਲਾਈ ਕੀਤਾ ਸੀਗਾ ਟੂਰਿਸਟ ਵਾਸਤੇ, ਬਟ ਮੇਰੀਆਂ 2 ਰਿਫਿਊਜ਼ਲਸ ਆ ਗਈਆਂ। ਫਿਰ ਮੈਂ ਇੱਥੇ ਓਮ ਗਲੋਬਲ ਵਿਜ਼ਿਟ ਕੀਤਾ ਅਤੇ ਮੈਨੂੰ ਐਕਸਪੀਰੀਅੰਸ ਬਹੁਤ ਵਧੀਆ ਲੱਗਾ, ਪੂਰਾ ਗਾਈਡ ਕੀਤਾ ਵਧੀਆ। ਅਤੇ ਅੱਜ ਮੇਰੇ ਹੱਥ ਦੇ ਵਿੱਚ ਮੇਰਾ ਵੀਜ਼ਾ ਵਾ, ਅਤੇ ਸਿਰਫ 1.5 ਤੋਂ 2 ਮਹੀਨੇ ਦੇ ਵਿੱਚ ਮੇਰਾ ਵੀਜ਼ਾ ਪੂਰਾ ਅਪਰੂਵਡ ਹੋ ਕੇ ਆ ਗਿਆ, ਅਤੇ ਬਹੁਤ ਖੁਸ਼ੀ ਹੈ ਮੈਨੂੰ। ਅਤੇ ਜੇ ਕਿਸੇ ਨੂੰ ਆਪਣਾ ਵੀਜ਼ਾ ਵਗੈਰਾ ਚਾਹੀਦਾ ਵਾ ਜਲਦ ਤੋਂ ਜਲਦ, ਅਤੇ ਓਮ ਗਲੋਬਲ ਵਿਜ਼ਿਟ ਕੀਤਾ ਜਾਏ। ਜੇ ਤੁਸੀਂ ਵੀ ਇਹਨਾਂ ਐਪਲੀਕੈਂਟਸ ਦੇ ਵਾਂਗ ਕੈਨੇਡਾ ਜਾਣਾ ਚਾਹੁੰਦੇ ਹੋ, September 2024 ਇਨਟੇਕ ਦੀ ਆ ਤੁਹਾਡੀ ਐਪਲੀਕੇਸ਼ਨ ਕਰਾਂਗੇ। 15 ਦਿਨ ਦੇ ਅੰਦਰ ਤੁਹਾਡੀ ਫਾਈਲ ਐਮਬੈਸੀ 'ਚ ਲੌਗਇਨ ਹੋ ਜਾਏਗੀ, ਅਤੇ ਸਾਰੇ ਪੈਸੇ ਤੁਸੀਂ ਉਦੋਂ ਦਿਓਗੇ ਜਦੋਂ ਤੁਹਾਡਾ ਵੀਜ਼ਾ ਆ ਜਾਵੇ। ਧੰਨਵਾਦ।